ਮੈਨੂੰ ਪਿਛਲੇ ਤਕਰੀਬਨ ਡੇਢ ਸਾਲ ਤੋਂ ਆਪਣੇ ਫਿਸ਼ਰ ਦੀ ਪ੍ਰੋਬਲਮ ਸੀਗੀ, ਕਰੋਨਿਕ ਫਿਸ਼ਰ ਦੀ। ਫਿਰ ਇੱਕ ਦਿਨ ਯੂਟਿਊਬ 'ਤੇ ਸਰਚ ਕੀਤਾ ਤਾਂ ਇੱਥੇ ਆਪਣੇ ਜਲੰਧਰ ਦੇ ਵਿੱਚ ਸਟਾਰ ਹੋਸਪਿਟਲ ਦਾ ਵੀਡੀਓ ਦੇਖੀ ਅਤੇ ਫਿਰ ਇੱਥੇ ਆ ਕੇ ਆਪਣੇ ਡਾਕਟਰ ਸਾਹਿਬ ਨੂੰ ਮਿਲੇ। ਦੂਜੇ ਤੀਜੇ ਦਿਨ ਆਪਾਂ ਆਪਰੇਸ਼ਨ ਕਰਾ ਲਿਆ ਸੀਗਾ, ਹੁਣ ਸਾਰਾ ਠੀਕ ਹੈ ਆਪਰੇਸ਼ਨ ਤੋਂ ਬਾਅਦ ਨੋਰਮਲ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਹਰਦੀਪ ਸਿੰਘ ਪਿੰਡ ਪੂਰੀ ਖੱਖਿਆਂ ਤੋਂ ਜੀ। ਅਤੇ ਮੈਨੂੰ ਪਿਛਲੇ ਤਕਰੀਬਨ ਡੇਢ ਸਾਲ ਤੋਂ ਆਪਣੇ ਫਿਸ਼ਰ ਦੀ ਪ੍ਰੋਬਲਮ ਸੀਗੀ, ਕਰੋਨਿਕ ਫਿਸ਼ਰ ਦੀ। ਅਤੇ ਉਹਦੇ ਰਿਲੇਟਡ ਫਿਰ ਮੈਂ ਪਹਿਲਾਂ ਦਵਾਈਆਂ ਦਵਾਈਆਂ ਦੇਸੀ ਖਾਂਦੇ ਹੁੰਦੇ ਰਹੇ, ਕੋਈ ਫਰਕ ਨਹੀਂ ਪਿਆ। ਅਤੇ ਫਿਰ ਇੱਕ ਦਿਨ ਯੂਟਿਊਬ 'ਤੇ ਸਰਚ ਕੀਤਾ ਤਾਂ ਇੱਥੇ ਆਪਣੇ ਜਲੰਧਰ ਦੇ ਵਿੱਚ ਸਟਾਰ ਹੋਸਪਿਟਲ ਦਾ ਵੀਡੀਓ ਦੇਖੀ, ਉਹਦੇ ਵਿੱਚ ਫਿਸ਼ਰ ਬਾਰੇ ਤਾਂ ਪ੍ਰੋਬਲਮ ਬਾਰੇ ਦੱਸਿਆ ਹੋਇਆ ਸੀ। ਅਤੇ ਫਿਰ ਇੱਥੇ ਆ ਕੇ ਆਪਣੇ ਡਾਕਟਰ ਸਾਹਿਬ ਨੂੰ ਮਿਲੇ, ਡਾਕਟਰ ਜਸਮੀਤ ਸਿੰਘ ਆਲੂਵਾਲੀਆ। ਉਹਨਾਂ ਨੇ ਸਲਾਹ ਦਿੱਤੀ ਵੀ ਇੱਕ ਛੋਟਾ ਜਿਹਾ ਆਪਰੇਸ਼ਨ ਕਰਨਾ ਪੈਣਾ, ਵੀ ਸਾਰਾ ਕੁਛ ਨੋਰਮਲ ਹੋ ਜੂਗਾ। ਅਤੇ ਫਿਰ ਉਹਨਾਂ ਦੀ ਸਲਾਹ ਨਾਲ ਦੂਜੇ ਤੀਜੇ ਦਿਨ ਆਪਾਂ ਆਪਰੇਸ਼ਨ ਕਰਾ ਲਿਆ ਸੀਗਾ ਜੀ। ਅਤੇ ਅੱਜ ਹੁਣ ਤਕਰੀਬਨ 10-12 ਦਿਨ 15 ਦਿਨ ਹੋ ਗਿਆ, ਸਾਰਾ ਕੁਛ ਨੋਰਮਲ ਹੈ ਜੀ, ਠੀਕ ਹੈ, ਕੋਈ ਪ੍ਰੋਬਲਮ ਨਹੀਂ। ਅਤੇ ਪਹਿਲਾਂ ਤਾਂ ਜਿੱਦਾਂ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ, ਬਾਥਰੂਮ ਜਾਣਾ ਜਾਂ ਟੋਇਲਟ ਜਾਣਾ, ਤਾਂ ਉਹਦੇ ਨਾਲ ਸਟੂਲ ਪਾਸ ਕਰਨ ਦੇ ਵਿੱਚ ਜਿੱਦਾਂ ਬਹੁਤ ਪ੍ਰੋਬਲਮ ਆਉਂਦੀ ਸੀਗੀ, ਅਤੇ ਬਹੁਤ ਪੇਨ ਹੁੰਦੀ ਸੀ, ਬਲੀਡਿੰਗ ਹੁੰਦੀ ਸੀ। ਅਤੇ ਬਟ ਹੁਣ ਸਾਰਾ ਠੀਕ ਹੈ ਆਪਰੇਸ਼ਨ ਤੋਂ ਬਾਅਦ ਨੋਰਮਲ ਜੀ। ਅਤੇ ਮੇਰਾ ਜਿਹੜਾ ਆਪਰੇਸ਼ਨ ਹੋਇਆ ਸੀਗਾ ਜੀ, ਉਹ ਲੇਜ਼ਰ ਦੇ ਨਾਲ ਹੋਇਆ ਸੀਗਾ, ਕੋਈ ਚੀਰਾ ਟੱਕ ਇੱਦਾਂ ਵਗੈਰਾ ਕੁਛ ਨਹੀਂ, ਨਾ ਕੋਈ ਜ਼ਿਆਦਾ ਬਲੀਡਿੰਗ ਵਗੈਰਾ ਕੁਛ ਨਹੀਂ। ਅਤੇ ਦੂਜੇ ਦਿਨ ਆਪਾਂ ਨੂੰ ਡਾਕਟਰ ਸਾਹਿਬ ਨੇ ਛੁੱਟੀ ਦਿੱਤੀ ਸੀਗੀ, ਦੂਜੇ ਦਿਨ ਮੈਂ ਘਰ ਚਲੇ ਗਿਆ ਸੀ। ਅਤੇ ਕੋਈ ਪ੍ਰੋਬਲਮ ਨਹੀਂ ਸੀ, ਨਾ ਕੋਈ ਤੌਰਨ ਦੇ ਵਿੱਚ, ਨਾ ਕੋਈ ਤਾਂ ਖਾਸ ਪ੍ਰੋਬਲਮ ਨਹੀਂ ਸੀਗੀ, ਨੋਰਮਲ ਸੀਗਾ। ਅਤੇ ਬਾਕੀ ਜੀ ਤਾਂ ਸਟਾਫ ਬਹੁਤ ਵਧੀਆ ਹੋਸਪਿਟਲ ਦਾ, ਸਾਰਾ ਬਹੁਤ ਨਾਈਸ ਸਟਾਫ ਆ ਨਾ। ਅਤੇ ਪਲੀਜ਼ ਜਿਹਨੂੰ ਵੀ ਇੱਕ ਵਾਰੀ ਜਿੱਦਾਂ ਕੋਈ ਪ੍ਰੋਬਲਮ ਇੱਦਾਂ ਦੀ ਹੈਗੀ ਆ, ਤਾਂ ਡਾਕਟਰ ਸਾਹਿਬ ਦੀ ਸਲਾਹ ਜ਼ਰੂਰ ਲਓ ਜੀ, ਆ ਕੇ ਵਿਜ਼ਿਟ ਜ਼ਰੂਰ ਕਰੋ ਸਟਾਰ ਹੋਸਪਿਟਲ। ਅਤੇ ਬਸ ਇਹੀ ਕਹਿਣਾ ਚਾਹੁੰਦਾ ਜੀ।